ਦੇਖੋ ਪ੍ਰਤਾਪ ਬਾਜਵਾ ਨੇ 14 ਤਰੀਕ ਕਿਹਾ ਹੈਗਾ 12 ਤੋਂ 14 ਇਹਦਾ ਮਤਲਬ ਉਹ ਪ੍ਰਧਾਨਗੀਤ ਉਹ ਅਗਲੇ ਬਦਲਾਅ ਦੀ ਕਰ ਰਿਹਾ ਉਹਨੂੰ ਲੱਗਦਾ ਪ੍ਰਧਾਨਤਾ ਬਦਲੇ ਗਈ ਹੋ ਸਕਦਾ ਸੀਐਮਪੀ ਬਦਲ ਜੇ ਇਸ ਤਰ੍ਹਾਂ ਦੀਆਂ ਗੱਲਾਂ ਪ੍ਰਤਾਪ ਬਾਜਵਾ ਨੂੰ ਕਿੱਥੋਂ ਮਿਲੀਆਂ ਹੋਣਗੀਆਂ ਜਿਹੜਾ ਉਹਨਾਂ ਨੇ ਕਹੀਆਂ ਨੇ ਕੀ ਕੈਪਟਨ ਮਿੰਦਰ ਸਿੰਘ ਬਿਲਕੁਲ ਹੀ ਟਾਲੇਰੇਟ ਨਹੀਂ ਕਰਨਗੇ ਜਾਂ ਕੈਪਟਨ ਮਿੰਦਰ ਸਿੰਘ ਐਡਜਸਟ ਕਰ ਜਾਣਗੇ ਸਿੱਧੂ ਦੀ ਪ੍ਰਧਾਨਗੀ ਨੂੰ ਪ੍ਰਤਾਪ ਬਾਜਵਾ ਨੇ ਵੀ ਕਹਿ ਦਿੱਤਾ ਕਿ ਬਦਲਾਅ ਹੋ ਸਕਦੇ ਨੇ ਵੱਡੇ ਬਦਲਾਅ ਹੋ ਸਕਦੇ ਨੇ ਇਹ ਕਿਹੜੇ ਬਦਲਾਅ ਹੋ ਸਕਦੇ ਜਿਨ੍ਹਾਂ ਤੇ ਨਵੀਂ ਚਰਚਾ ਛਿੜੀ ਦੇਖੋ ਪ੍ਰਤਾਪ ਬਾਜਵਾ ਨੇ 14 ਤਰੀਕ ਕਿਹਾ ਹੈਗਾ 12 ਤੋਂ 1 ਪਰਤਾ ਬਾਜਵਾ ਵੱਡੇ ਬਦਲਾਅ ਦੀ ਗੱਲ ਚੱਲ ਰਹੀ ਹੈਗੀ ਕਿ ਪਹਿਲਾਂ ਜਿਵੇਂ ਗੱਲ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਸੀ ਕਿ ਹੌਸਲਾ ਸਿੱਧੂ ਨੂੰ ਲਿਆ ਕੇ ਬਾਅਦ ਵਿੱਚ ਸੀਐਮ ਨੂੰ ਕੀਤਾ ਜਾਵੇ ਹੋ ਸਕਦਾ ਸਿੱਧੂ ਨੂੰ ਸੀਐਮ ਲਗਾ ਦਿੱਤਾ ਜਾਵੇ ਇਸ ਤਰ੍ਹਾਂ ਦੀਆਂ ਚਰਚਾਵਾਂ ਸੀਗੀਆਂ ਪਰ ਇਹ ਗੱਲ ਵੀ ਬਾਅਦ ਵਿੱਚ ਰੂਲ ਆਊਟ ਹੁੰਦੀ ਰਹੀ ਕਿ ਨਹੀਂ ਸਿੱਧੂ ਪ੍ਰਧਾਨ ਹੀ ਹੋਣਗੇ ਸਾਡੇ ਸੋਰਸ ਇਹੀ ਦੱਸਦੇ ਰਹੇ ਕਿ ਨਹੀਂ ਸਿੱਧੂ ਪ੍ਰਧਾਨ ਹੀ ਹੋਣਗੇ ਪਰ ਕੀ ਹਾਈ ਕਮਾਂਡ ਦੇ ਨਾਲ ਇੰਨਾ ਵੱਡਾ ਪੇਚਾ ਕੈਪਟਨ ਮਰਿੰਦਰ ਸਿੰਘ ਦਾ ਪੈ ਸਕਦਾ ਕਿਉਂਕਿ ਹਾਈ ਕਮਾਂਡ ਚੋਂ ਕਿਸੇ ਨੇ ਹਾਈ ਕਮਾਂਡ ਨੂੰ ਇਹ ਗੱਲ ਕਹੀ ਯਾਨੀ ਚਰਚਾਵਾਂ ਜਿਹੜੀਆਂ ਹੁੰਦੀਆਂ ਨੇ ਕਿ ਜੇ ਉੱਤਰਾਖੰਡ ਦੇ ਅੰਦਰ ਤਿੰਨ ਸੀਐਮ ਬਦਲੇ ਜਾ ਸਕਦੇ ਨੇ ਉਹਨਾਂ ਨੇ ਦੋ ਤਾਂ ਥੋੜੇ ਜਿ ਦਿਨਾਂ ਚ ਹੀ ਬਦਲਤੇ ਜੀ ਭਾਜਪਾ ਵਾਲੇ ਜੇ ਤਿੰਨ ਤਿੰਨ ਸੀਐਮ ਬਦਲ ਸਕਦੇ ਨੇ ਤਾਂ ਕਾਂਗਰਸ ਦੇ ਅੰਦਰ ਤੁਸੀਂ ਇਸ ਤਰ੍ਹਾਂ ਦਾ ਡਿਸੀਜਨ ਕਿਉਂ ਨਹੀਂ ਲੈਂਦੇ ਕਿ ਕਾਂਗਰਸ ਅਗਲੀ ਸਰਕਾਰ ਬਣਾ ਲੇ ਹਾਈ ਕਮਾਂਡ ਨੂੰ ਇਹ ਗੱਲਾਂ ਕਈਆਂ ਗਈਆਂ ਨੇ ਹਾਈ ਕਮਾਂਡ ਦੇ ਧਿਆਨ ਚ ਲਿਆਂਦੀਆਂ ਗਈਆਂ ਕਿਉਂਕਿ ਸੋਨੀਆ ਗਾਂਧੀ ਸਾਨੂੰ ਇਹ ਪਤਾ ਲੱਗਿਆ ਕਿ ਸੋਨੀਆ ਗਾਂਧੀ ਕਹਿੰਦੇ ਅਸੀਂ ਕਾਂਗਰਸ ਦੇ ਕਲਚਰ ਦੇ ਐਂਟੀ ਨਹੀਂ ਆਣਾ ਕਾਂਗਰਸ ਦਾ ਕਲਚਰ ਨਹੀਂ ਆ ਕੋਈ ਸੀਐਮ ਆ ਨੂੰ ਹਟਾ ਦਿੱਤਾ ਜਾਵੇ ਸੋਨੀਆ ਗਾਂਧੀ ਕਹੀ ਆ ਜਾਂ ਸੋਨੀਆ ਗਾਂਧੀ ਇਹ ਗੱਲ ਮੰਨਦੇ ਨੇ ਕਿ ਕਾਂਗਰਸ ਦਾ ਕਲਚਰ ਹੈ ਕਾਂਗਰਸ ਦੀ ਇੱਕ ਪੋਲਿਟੀਕਲ ਹਿਸਟਰੀ ਹੈ ਕਾਂਗਰਸ ਦੀ ਇੱਕ ਪੋਲਿਟੀਕਲ ਕਲਚਰਲ ਹਿਸਟਰੀ ਹੈ ਉਹਦੇ ਚੋਂ ਕਾਂਗਰਸ ਬਾਹਰ ਨਹੀਂ ਜਾਏਗੀ ਪਰ ਰਾਹੁਲ ਦਾ ਧੜਾ ਲਗਾਤਾਰ ਕਹਿ ਰਿਹਾ ਕਿ ਦਬਾਅ ਬਣਾ ਰਿਹਾ ਕਿ ਨਹੀਂ ਐਕਸਪੈਰੀਮੈਂਟ ਕਰਕੇ ਦੇਖ ਲਓ ਪਰ ਸੋਨੀਆ ਨਹੀਂ ਇਸ ਗੱਲ ਦੇ ਉੱਤੇ ਮੰਨ ਰਹੀ ਕਿ ਨਹੀਂ ਤਾਂ ਪ੍ਰਤਾਪ ਬਾਜਵਾ ਜਿਹੜੇ ਵੱਡੇ ਬਦਲਾਅ ਦੀ ਗੱਲ ਕਰ ਰਹੇ ਆ ਉਸੇ ਦੀ ਕਰ ਰਿਹਾ ਇਹਦਾ ਮਤਲਬ ਉਹ ਪ੍ਰਧਾਨਗੀ ਤੋਂ ਅਗਲੇ ਬਦਲਾਅ ਦੀ ਕਰ ਰਿਹਾ ਉਹਨੂੰ ਲੱਗਦਾ ਪ੍ਰਧਾਨਤਾ ਬਦਲੇ ਗਈ ਹੋ ਸਕਦਾ ਸੀਐਮਪੀ ਬਦਲ ਜੀ ਇਸ ਤਰ੍ਹਾਂ ਦੀਆਂ ਗੱਲਾਂ ਪ੍ਰਤਾਪ ਬਾਜਵਾ ਨੂੰ ਕਿਤੇ ਮਿਲੀਆਂ ਹੋਣਗੀਆਂ ਜਿਹੜੇ ਉਹਨਾਂ ਨੇ ਕਹੀਆਂ ਨੇ ਪਰ ਹਾਲਾਂਕਿ ਉਹਨਾਂ ਨੇ ਨਾਂ ਲੈ ਕੇ ਨਹੀਂ ਕਹੀਆਂ ਉਹਨਾਂ ਨੇ ਸਿਰਫ ਵੱਡੇ ਬਦਲਾਅ ਕਰ ਰਿਹਾ ਤਾਂ ਅਸੀਂ ਡੀਕੋਡ ਕਰ ਰਹੇ ਹਾਂ ਉਹਨਾਂ ਦੀ ਸਟੇਟਮੈਂਟ ਨੂੰ ਡੀਕੋਡ ਕਰ ਰਹੇ ਹਾਂ ਕਿ ਉਹਨਾਂ ਦੀ ਸਟੇਟਮੈਂਟ ਬਿਟਵੀਨ ਦੀ ਲਾਈਨ ਕੀ ਹੈਗਾ ਤਾਂ ਇਸ ਕਰਕੇ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਇਸ ਤਰੀਕੇ ਨਾਲ ਹੋ ਰਹੀਆਂ ਔਰ ਪ੍ਰਤਾਪ ਬਾਜਵਾ ਦਾ ਬਿਆਨ ਬੜਾ ਹੈਮਾ ਉਹਨਾਂ ਨੇ ਸਿੱਧਾ ਕਿਹਾ ਵੱਡੀ ਚੇਂਜ ਹੋਏਗੀ ਔਨ ਰਿਕਾਰਡ ਕਿਹਾ ਸਾਡੇ ਕੋਲੇ ਔਰ ਉਹਨਾਂ ਨੇ ਇਹ ਵੀ ਕਿਹਾ ਇੰਟਰਵਿਊ ਪ੍ਰੋ ਪੰਜਾਬ ਟੀਵੀ ਦੇ ਉੱਤੇ ਉਹਨਾਂ ਦਾ ਚੱ ਆਉਣ ਵਾਲੇ ਦਿਨਾਂ ਦੇ ਅੰਦਰ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਕਾਂਗਰਸ ਇੱਕ ਮਜਬੂਤੀ ਦੇ ਅੰਦਰ ਸਾਨੂੰ ਬਾਗੀ ਨਾ ਕਹੋ ਅਸੀਂ ਬਾਗੀ ਕਾਂਗਰਸ ਦੇ ਭਲੇ ਲਈ ਆਂ ਅਸੀਂ ਕੋਈ ਬਾਗੀ ਨਹੀਂ ਆ ਕਾਂਗਰਸ ਦੇ ਬਾਗੀ ਨਹੀਂ ਆ ਅਸੀਂ ਤਾਂ ਇਹ ਸਾਰੀਆਂ ਮੈਨੂੰ ਡਿਫੇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕੈਪਟਨ ਮਿੰਦਰ ਸਿੰਘ ਵੱਲੋਂ ਇੱਥੋਂ ਤੱਕ ਉਹਨਾਂ ਨੇ ਕਿਹਾ ਉਹ ਕਿਹੜੇ ਲੋਕ ਨੇ ਜਿਹੜੇ ਉਦੋਂ ਕਹਿੰਦੇ ਸੀ ਪਾਰਟੀ ਤੋੜ ਦੇਵਾਂਗੇ ਕਿਹੜੇ ਲੋਕ ਨੇ ਜਿਹੜੇ ਹੁਣ ਪਾਰਟੀ ਤੋੜਨ ਦੀਆਂ ਗੱਲਾਂ ਨਾ ਨਹੀਂ ਲਿਆ ਉਹਨਾਂ ਨੇ ਤਾਂ ਉਹ ਸਾਰੀਆਂ ਗੱਲਾਂ ਦਾ ਇਸ਼ਾਰਾ ਕੈਪਟਨ ਮਿੰਦਰ ਸਿੰਘ ਵੱਲ ਕਰ ਰਹੇ ਨੇ ਤਾਂ ਇਹੀ ਗੱਲ ਮੰਨੀ ਜਾ ਰਹੀ ਹੈ ਕਿ ਮੰਨ ਲਓ ਸਿੱਧੂ ਨੂੰ ਬਣਾਇਆ ਜਾਏਗਾ ਕੈਪਟਨ ਮ ਕੀ ਕੈਪਟਨ ਮਿੰਦਰ ਸਿੰਘ ਵਿਰੋਧ ਵੀ ਕਰਨਗੇ ਕੀ ਕੈਪਟਨ ਮਿੰਦਰ ਸਿੰਘ ਆਵਲਾ ਧੜਾ ਬਾਹਰ ਲੈ ਕੇ ਆ ਜਾਣਗੇ ਕੀ ਕੈਪਟਨ ਮਿੰਦਰ ਸਿੰਘ ਬਿਲਕੁਲ ਹੀ ਟਾਲੇਰੇਟ ਨਹੀਂ ਕਰਨਗੇ ਜਾਂ ਕੈਪਟਨ ਮਿੰਦਰ ਸਿੰਘ ਅਡਜਸਟ ਕਰ ਜਾਣਗੇ ਸਿੱਧੂ ਦੀ ਪ੍ਰਧਾਨਗੀ ਨੂੰ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ ਪਰ ਹਾਈ ਕਮਾਂਡ ਕਹਿੰਦੇ ਇੱਕੋ ਝਟਕੇ ਚ ਕੋਈ ਖਬਰ ਦੇਏਗੀ ਇਹ ਬਹੁਤ سارے ਲੋਕ ਕਹਿ ਰਹੇ ਨੇ ਕਿ ਉਹ ਖਬਰ ਦਾ ਬਹੁਤ ਸਾਰੇ ਮੰਤਰੀਆਂ ਨੂੰ ਹੋ ਸਕਦਾ ਮੁੱਖ ਮੰਤਰੀ ਨੂੰ ਪਤਾ ਹੋਵੇ ਉਸ ਦਾ ਸਿੱਧੂ ਨੂੰ ਵੀ ਨਾ ਪਤਾ ਹੋਵੇ ਉਹ ਖਬਰ ਪਤਾ ਨਹੀਂ ਲੱਗੇਗੀ ਉਹ ਖਬਰ ਕਿਤੇ ਜਿਵੇਂ ਪਾਰਟੀਆਂ ਚਲਾਉਂਦੀਆਂ ਨੇ ਇੱਕ ਚੈਨਲ ਤੋਂ ਕਿਤੇ ਬ੍ਰੇਕ ਹੋਏਗੀ ਕਿਤੋਂ ਵੀ ਜਾਂ ਇੱਕ ਖ਼ਵਾਰ ਤੋਂ ਇਸ ਵੀਰੇ ਖਵਾਰੀ ਉੱਠ ਕੇ ਪੜੇਗਾ ਬੰਦਾ ਹੋ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਵੀ ਚੱਲ ਰਹੀਆਂ ਨੇ ਬਹੁਤ ਸਾਰੇ ਲੋਕ ਕਹਿ ਰਹੇ ਆ ਦੇਖਦੇ ਆ ਕੀ ਹੁੰਦਾ